लाहौर स्मार्ट सिटी का एग्जैक्टिव ब्लॉक इतना नजरअंदाज क्यों है एग्जैक्टिव ब्लॉक का प्रॉफिट इतना क्यों घट चुके है ए प्रॉफिट क्यों ड्रॉप होया एगजटिव ब्लॉक का भी मुस्तकबिल अच्छा है या कि मामला इसे तरह ही चलन बिस्मिल्लाह रहमान रहीम अस्सलाम वालेकुम लाहौर स्मार्ट सिटी का एग्जैक्टिव ब्लॉक शुरू बहुत अच्छे प्रॉफिट आए बल्कि ओवरसीज ब्लॉक तो भी ज्यादा प्रॉफिट एगजैक्टिव ब्लाक से ਲੇਕਿਨ ਵਕਤ ਗੁਜ਼ਰਨ ਦੇ ਨਾਲ ਨਾਲ ਅਸੀਂ ਇਹ ਚੀਜ਼ ਦੇਖੀ ਹੈ ਕਿ ਐਗਜ਼ੈਕਟਿਵ ਬਲੌਗ ਦਾ ਪ੍ਰੋਫਿਟ ਬਹੁਤ ਘਟ ਚੁੱਕਿਆ ਹੈ ਮਾਰਕੀਟ ਵਿੱਚ ਅਜੇ ਡਿਮਾਂਡ ਬਹੁਤ ਘਟ ਚੁੱਕੀ ਹੈ ਜਦਕਿ ਓਵਰਸੀਜ਼ ਬਲੌਗ ਦੀ ਡਿਮਾਂਡ ਵਿੱਚ ਵੀ ਇਜ਼ਾਫਾ ਹੋਇਆ ਹੈ ਉਹਦਾ ਪ੍ਰੋਫਿਟ ਵੀ ਬਹੁਤ ਉੱਤੇ ਜਾ ਰਿਹਾ ਹੈ ਅੱਛਾ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਚੀਜ਼ ਵਾਜ਼ਿਹ ਦੱਸ ਦਿਆਂ ਕਿ ਜਦੋਂ ਲਾਹੌਰ ਸਮਾਰਟ ਸਿਟੀ ਨੇ ਆਪਣਾ ਪ੍ਰੋਜੈਕਟ ਸ਼ੁਰੂ ਕੀਤਾ ਸੀ ਪ੍ਰੀ ਲਾਂਚ ਰੇਟਸ ਤੇ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਐਗਜ਼ੈਕਟਿਵ ਬਲੌਗ ਔਰ ਓਵਰਸੀਜ਼ ਬਲੌਗ ਦੇ ਰੇਟ ਵਿੱਚ ਫਰਕ ਹੈ ਓਵਰਸੀਜ਼ ਬਲੌਗ ਦਾ ਰੇਟ ਥੋੜਾ ਜ਼ਿਆਦਾ ਹੈ ਐਗਜ਼ੈਕਟਿਵ ਬਲੌਗ ਦਾ ਰੇਟ ਥੋੜਾ ਘੱਟ ਹੈ ਯਾਨੀ ਕੋ ਲੱਖ ਡੇਢ ਲੱਖ ਰੁਪਏ ਦਾ ਆਮ ਤੌਰ ਤੇ ਪਹਿਲੇ ਫਰਕ ਰਿਹਾ ਔਰ ਉਸ ਤੋਂ ਬਾਅਦ ਹੁਣ ਜ਼ਿਆਦਾ ਹੋ ਗਿਆ ਅੱਛਾ ਉਸ ਟਾਈਮ ਐਗਜ਼ੈਕਟਿਵ ਬਲਾਕ ਦਾ ਪ੍ਰੋਫਿਟ ਬਹੁਤ ਜ਼ਿਆਦਾ ਹੁੰਦਾ ਸੀ ਔਰ ਓਵਰਸੀਜ਼ ਬਲਾਕ ਨੂੰ ਕੋਈ ਮੂਵ ਵੀ ਨਹੀਂ ਸੀ ਲਾਂਦਾ ਉਹਦੀ ਵਜ੍ਹਾ ਸੀ ਕਿ ਐਗਜ਼ੈਕਟਿਵ ਬਲਾਕ ਵਾਲੀਆਂ ਫਾਈਲਾਂ ਟਰਾਂਸਫਰ ਹੋ ਸਕਦੀਆਂ ਸਨ ਕਿਉਂਕਿ ਜਿਹਨਾਂ ਐਗਜ਼ੈਕਟਿਵ ਬਲਾਕ ਦੀਆਂ ਫਾਈਲਾਂ ਨਹੀਂਆਂ ਸਨ ਉਹ ਜ਼ਿਆਦਾ ਉਹ ਲੋਕ ਸਨ ਜਿਹਨਾਂ ਅੱਗੇ ਹੀ ਪਾਕਿਸਤਾਨ ਵਿੱਚ ਮੌਜੂਦ ਸੀ ਜਿਹੜੇ ਲੋਕ ਬਰੂਨੇ ਮੁਲਕ ਵਕੀਮ ਸਨ ਓਵਰਸੀਜ਼ ਪਾਕਿਸਤਾਨੀ ਸਨ ਚੁਕੇ ਉਹ ਆਪਣੀਆਂ ਫਾਈਲਾਂ ਟਰੇਡ ਨਹੀਂ ਕਰ ਸਕਦੇ ਸੀ ਤੇ ਇਸ ਵਜ੍ਹਾ ਤੋਂ ਉਹਨਾਂ ਦੀਆਂ ਫਾਈਲਾਂ ਤੇ ਪ੍ਰੋਫਿਟ ਘਟ ਸੀ ਬਹਰ ਹਾਲ ਵਕਤ ਗੁਜ਼ਰਦਾ ਗਿਆ ਜਦੋਂ ਲਾਹੌਰ ਸਮਾਰਟ ਸਿਟੀ ਨੇ ਆਪਣਾ ਜਿਹੜਾ ਮਾਸਟਰ ਪਲਾਨ ਹੈ ਉਹਦੇ ਵਿੱਚ ਪਹਿਲੀ ਚੇਂਜਿੰਗ ਕੀਤੀ ਓਵਰਸਿਸ ਪ੍ਰਾਈਮ ਦਾ ਬਲਾਕ ਜਿਹੜਾ ਹੈ ਵੱਖਰਾ ਕੀਤਾ اے ਵੀ ਸੈਕਟਰ ਔਰ ਬਾਕੀ ਜਿਹੜੀਆਂ ਚੀਜ਼ਾਂ ਨੇ ਅਲੱਗਾਂ ਕੀਤੀਆਂ ਤੇ ਉਸ ਤੋਂ ਬਾਅਦ ਤੋਂ ਗੇਮ ਅਚਾਨਕ ਚੇਂਜ ਹੋ ਗਈ ਗੇਮ ਕਿਸ ਤਰ੍ਹਾਂ ਚੇਂਜ ਹੋ ਗਈ ਕਿ ਓਵਰਸਿਸ ਬਲਾਕ ਦੀ ਡਿਮਾਂਡ ਜ਼ਿਆਦਾ ਹੋ ਗਈ ਔਰ ਐਗਜ਼ੈਕਟਿਵ ਬਲਾਕ ਦੀ ਡਿਮਾਂਡ ਲੋਕਾਂ ਦੇ ਮੁਤਾਬਕ ਹੈ ਕਿ ਜੀ ਉਹਦੀ ਲੋਕੇਸ਼ਨ ਥੋੜੀ ਪਿੱਛੇ ਚਲੀ ਗਈ ਇਸ ਵਜ੍ਹਾ ਤੋਂ ਉਹਦੀ ਡਿਮਾਂਡ ਜਿਹੜੀ ਹੈ ਬਹੁਤ ਜ਼ਿਆਦਾ ਨਹੀਂ ਹੈ ਅੱਛਾ ਇੱਥੇ ਤੇ ਆ ਗਈ ਇੱਕ ਗੱਲ ਕਿ ਜੀ ਚਲੋ ਲੋਕੇਸ਼ਨ ਦੀ ਵਜ੍ਹਾ ਤੋਂ ਲੋਕਾਂ ਨੇ ਜਿਹੜ ਦੂਸਰੀ ਮੇਜਰ ਰੀਜ਼ਨ ਇਹਦੇ ਚ ਵੀ ਆਈ ਕਿ ਜਿਹੜੀ ਡਿਵੈਲਪਮੈਂਟ ਹੈ ਹੁਣ ਇਸ ਟਾਈਮ ਵੀ ਤੁਸੀਂ ਦੇਖ ਲਓ ਕਿ ਲਾਹੌਰ ਸਮਾਰਟ ਸਿਟੀ ਦੀ ਜਿਹੜੀ ਮੈਕਸਿਮਮ ਡਿਵੈਲਪਮੈਂਟ ਹੈ ਵਰਸਸ 1 ਐਚ ਹੋ ਰਹੀ ਹੈ ਉਹ ਵੀ ਉਹਦਾ ਬੀ ਔਰ ਏ ਬਲਾਕ ਕਿਚੋਰੀ ਸੀ ਔਰ ਡੀ ਚ ਅਗੇ ਇਨੀਸ਼ੀਏਟਿਵ ਹੈ ਦੀ ਐਗਜ਼ੈਕਟਿਵ ਬਲਾਕ ਦੀ ਡਿਵੈਲਪਮੈਂਟ ਅਜੇ ਤੱਕ ਸ਼ੁਰੂ ਨਹੀਂ ਹੋਈ ਯਾਨੀ ਐਗਜ਼ੈਕਟਿਵ ਬਲਾਕ ਸਮ ਹਾਉ ਥੋੜੀ ਬਹੁਤ ਜ਼ਮੀਨ ਤਾਂ ਸਿੱਧੀ ਕੀਤੀ ਹੈ ਲੇਕਿਨ ਸਟਰੀਟ ਕਟਿੰਗ ਪਲਾਟ ਕਟਿੰਗ ਐ ਚੀਜ਼ਾਂ ਇਹ ਤੱਕ ਨਹੀਂ ਹੋਈਆਂ ਇਹ ਵੱਡੀ ਵਜ੍ਹਾ ਹੈ ਕਿ ਜਿਹਦੀ ਵਜ੍ਹਾ ਤੋਂ ਲੋਕਾਂ ਨੇ ਇੰਟਰਸਟ ਲੈਣਾ ਛੱਡ ਦਿੱਤਾ ਆਦਰਵਾਇਜ਼ 21 ਲੱਖ 60 ਹਜ਼ਾਰ ਵਾਲੀ ਫਾਈਲ ਤੇ ਇਤਨਾ ਪ੍ਰੋਫਿਟ ਆਇਆ 18 ਲੱਖ ਵਾਲੀ ਫਾਈਲ ਤੇ ਇਤਨਾ ਪ੍ਰੋਫਿਟ ਆਇਆ ਕਿ ਲੋਕ ਹੈਰਾਨ ਰਹਿ ਗਏ ਕਿ 116000 ਮਤਲਬ ਦੋ ਹਫ਼ਤੇ ਪਹਿਲੇ ਕਲੋਜ਼ ਹੋਈ ਹੈ ਤੇ ਉਤੇ ਠਕ ਸਵਾ ਲੱਖ 1.5 ਲੱਖ 2 ਲੱਖ ਰੁਪਏ ਤੱਕ ਪ੍ਰੋਫਿਟ ਆ ਗਿਆ ਉਹ ਉਹ ਲੋਕ ਜਿਨ੍ਹਾਂ ਐਗਜ਼ੈਕਟਿਵ ਲਾ ਕੇ ਚੀਜ਼ਾਂ ਲਈਆਂ ਨੇ ਬਹੁਤ ਪਰੇਸ਼ਾਨ ਨੇ ਔਰ ਮੈਂ ਉਹਨਾਂ ਦਾ ਦਰਦ ਉਹਨਾਂ ਦੀ ਤਕਲੀਫ ਸਮਝ ਸਕਣਾ ਕਿ ਜਦੋਂ ਤੁਸੀਂ ਮਤਲਬ ਇੱਕ ਚੀਜ਼ ਤੇ ਬੜਾ ਅੱਛਾ ਪ੍ਰੋਫਿਟ ਐਕਸਪੈਕਟ ਕਰ ਰਹੇ ਸੌ ਤੁਸੀਂ ਨਹੀਂ ਵੇਚੀ ਤੁਸੀਂ ਲੋਰ ਸਮਾਰਟ ਫਿਟਨੈਸ ਸਟੈਂਡ ਕਰਨ ਦਾ ਫੈਸਲਾ ਕੀਤਾ ਔਰ ਅੱਜ ਤੁਹਾਡਾ ਪ੍ਰੋਫਿਟ ਜਿਹੜਾ ਮਿਨਿਮਮ ਤੇ ਟੁੱਟ ਗਿਆ ਤਰੀਕੀਨੀ ਤੌਰ ਤੇ ਇਸ ਗੱਲ ਦਾ ਦੁੱਖ ਹੁੰਦਾ ਅੱਛਾ ਜੀ ਉਹਨੇ ਦਾ ਹੱਲ ਕੀ ਹੈ ਉਹਦੇ ਹਲ ਚੱਲਨੇ ਸਭ ਤੋਂ ਪਹਿਲੀ ਤੇ ਚੀਜ਼ ਹੈ ਕਿ ਲਾਹੌਰ ਸਮਾਰਟ ਸਿਟੀ ਦੀ ਇੰਤਜ਼ਾਮੀਆਂ ਨੂੰ ਅਸੀਂ ਮਲਟੀਪਲ ਟਾਈਮਸ ਆ ਰਿਕੁਐਸਟ ਕੀਤੀ ਹੈ ਉਹਨੂੰ ਹੀ ਪਬਲਿਕ ਪਲੇਟਫਾਰਮ ਤੇ ਕਰਨੇ ਆ ਕਿ ਜੀ ਐਗਜ਼ੈਕਟਿਵ ਬਲਾਗ ਦੀ ਡਿਵੈਲਪਮੈਂਟ ਐਗਜ਼ੈਕਟਿਵ ਆਨ ਦੀ ਫੋਰੀ ਤੌਰ ਤੇ ਕਿ ਸਟਾਰਟ ਕੀਤੀ ਜਾਏ ਤਾਂ ਕਿ ਜਿਨ੍ਹਾਂ ਲੋਕਾਂ ਨੇ ਹਜ਼ਾਰਾਂ ਫਾਈਲਾਂ ਲਈਆਂ ਨੇ ਐਗਜ਼ੈਕਟਿਵ ਬਲਾਗ ਵਿੱਚ ਉਹਨਾਂ ਨੂੰ ਫਾਇਦਾ ਹੋਵੇ ਦੂਸਰੀ ਗੱਲ ਇਹ ਨੁਕਤਾ ਬੜਾ ਅਹਿਮ ਹੈ ਨੂੰ ਸਮਝਣਾ ਦੇਖੋ ਕੁਝ ਲੋਕ ਐਸੇ ਨੇ ਕਿ ਜਿਨ੍ਹਾਂ ਆਪਣੀਆਂ ਫਾਈਲਾਂ ਲਈਆਂ ਪ੍ਰੋਫਿਟ ਕੱਟ ਗਿਆ ਉਹਨਾਂ ਉਸ ਤੋਂ ਬਾਅਦ ਕਿਸ਼ਤਾਂ ਹੀ ਨਹੀਂ ਦਿੱਤੀਆਂ ਜਾਂ ਦੇ ਹੀ ਨਹੀਂ ਸਕੇ ਜਾਂ ਮਜਬੂਰੀ ਹੈ ਵਾਟ ਐਵਰ ਜੋ ਵੀ ਹੈ ਲੇਕਿਨ ਉਹਦੀ ਕਿਸ਼ਤਾਂ ਲੋਰ ਸਮਾਰਟ ਸਿਟੀ ਕੋਲ ਨਹੀਂ ਹੈ ਦੂਸਰੇ ਲੋਗ ਆਹਨੇ ਕਿ ਜਿਨ੍ਹਾਂ ਮਤਲਬ ਆਪਣੀ ਕਿਸ਼ਤਾਂ ਦਿੱਤੀਆਂ ਬੈਲਟਿੰਗ ਕਰਾ ਲਈ ਇੱਕ ਗੱਲ ਵਾਜ਼ੇ ਹੈ ਫਰਕ ਹੈ ਦੇ ਚ ਇਹ ਗੱਲ ਗੌਰ ਨਾਲ ਸੁਣਨੀ ਐ ਐਗਜ਼ੈਕਟਿਵ ਲੋਗ ਦੇ ਵੀ ਬੈਲਟਿਡ ਪਲਾਟ ਤੇ ਬੈਲਟਿਡ ਫਾਈਲ ਤੇ ਬਿਹਤਰ ਪ੍ਰੋਫਿਟ ਹੈ ਪਰ ਨਿਸਬਤ ਨਾਨ ਐਗਜ਼ੈਕਟਿਵ ਨਾਨ ਸੌਰੀ ਨਾਨ ਬੈਲਟਿਡ ਨਾਨ ਵੈਲੀਟਿਡ ਜਿਤਨੀਆਂ ਵੀ ਫਾਈਲਾਂ ਐਗਜ਼ੈਕਟਿਵ ਬਲਗ ਦੀਆਂ ਨੇ ਸਮਝੋ ਕਿ ਉਹ ਇਸ ਟਾਈਮ ਬਹੁਤ ਹੀ ਜ਼ਿਆਦਾ ਥੱਲੇ ਚਲੀਆਂ ਗਈਆਂ ਨੇ ਮਤਲਬ ਮੈਂ ਤੁਹਾਨੂੰ ਦੱਸਣਾ ਨਹੀਂ ਚਾਹੁੰਦਾ ਇਸ ਤਰ੍ਹਾਂ ਪਬਲਿਕ ਪਲੇਟਫਾਰਮ ਤੇ ਕਿ ਤੁਹਾਡੀ ਦਿਲ ਆਜ਼ਾਰੀ ਹੈ ਵੇਦੀ ਅਦਰਵਾਈਜ਼ ਪ੍ਰੋਫਿਟ ਬਹੁਤ ਕੱਟ ਗਿਆ ਅੱਛਾ ਦੂਸਰਾ ਇਸ ਤੋਂ ਇਲਾਵਾ ਜਿਹੜਾ ਅਗਰ ਤੁਸੀਂ ਵੈਲੀਟਿਡ ਕਰਾ ਲੈਂਦੇ ਹੋ ਤੇ ਫਿਰ ਤੁਸੀਂ ਫਾਇਦਾ ਲੈ ਸਕਦੇ ਹੋ ਐਟ ਲੀਸਟ ਤੁਹਾਡੇ ਕੋਲੇ ਵਿਦ ਨੰਬਰ ਪਲਾਟ ਨੇ ਤੇ ਤੁਸੀਂ ਉਹ ਵੇਚੋ ਤੇ ਉਹਦੇ ਤੇ ਫਿਰ ਵੀ ਅਲਟੀਮੇਟਲੀ ਤੁਹਾਨੂੰ ਬਿਹਤਰ ਫਾਇਦਾ ਹੋ ਸਕਦਾ ਤੀਸਰੀ ਚੀਜ਼ ਹੈ ਦੇ ਵਿੱਚ ਔਰ ਖਾਸ ਤੌਰ 'ਤੇ ਬਹੁਤ ਅਹਿਮ ਚੀਜ਼ ਦੇਖੋ ਅਗਰ ਤੁਸੀਂ ਇਹਨਾਂ ਪਲਾਟਾਂ ਨੂੰ ਐਂਡ ਯੂਜ਼ ਕਰਨਾ ਹੈ ਯਾਨੀ ਕੱਲ ਨੂੰ ਡਿਵੈਲਪਮੈਂਟ ਹੋ ਜਾਂਦੀ ਉਸ ਤੋਂ ਬਾਅਦ ਤੁਸੀਂ ਐਂਡ ਯੂਜ਼ ਕਰਨਾ ਤੇ ਫਿਰ ਸਮ ਹਾਉ ਤੁਹਾਡੀ ਸਿਚੁਏਸ਼ਨ ਬਿਹਤਰ ਬਸ ਸੂਰਤੇ ਦੀਗਰ ਫਿਲ ਵਕਤ ਐਗਜ਼ੈਕਟਿਵ ਬਲਾਗ ਦੀ ਮਾਰਕੀਟ ਵਿੱਚ ਡਿਮਾਂਡ ਨਹੀਂ ਹੈ ਅਗਰ ਤੁਸੀਂ ਲਾਸ ਵਿੱਚ ਵੇਚੋਗੇ ਤੁਸੀਂ ਆਪਣਾ ਨੁਕਸਾਨ ਕਰੋਗੇ ਬਿਹਤਰ ਹੈ ਕਿ ਇਹਨਾਂ ਨੂੰ ਰੀਟੇਨ ਕਰੋ ਬੈਲਟਿੰਗ ਕਰਾਓ ਅਗੂ ਕੱਲ ਨੂੰ ਪੋਜੈਸ਼ਨ ਲੋ ਤੇ ਸ਼ਾਇਦ ਉਸ ਤੋਂ ਬਾਅਦ ਬਿਹਤਰ ਸਿਚੁਏਸ਼ਨ ਆਵੇ ਹਾਂ ਅਗਰ ਤੁਹਾਡੀ ਮਜਬੂਰੀ ਹੋਵੇ ਤੇ ਡੈਫੀਨਿਟਲੀ ਵੇਚਣਾ ਫਿਰ ਤੇ ਮਜਬੂਰੀ ਹੈ ਨਾ अच्छा ए लो स्मार्ट सिटी दे एग्जीक티브 ब्लॉग दे बारे ना कुछ इंफॉर्मेशन सी मैं उम्मीद करना ਤੁਸੀਂ ਸਮਝ ਚੁੱਕੇ ਹੋਗੇ ਮਸਲੇ ਮਸਾਇਲ ਹੈ ਨੇ ਹਰ ਚੀਜ਼ ਚ ਹੁੰਦੇ ਨੇ ਹਰ ਸੋਸਾਇਟੀ ਚ ਹੁੰਦੇ ਨੇ ਇੱਕ ਗੱਲ ਮੈਂ ਮੇਰੀ ਮੇਰੀਆਂ ਕੁਝ ਗੱਲਾਂ ਐਸੀਆਂ ਨੇ ਜਿਹੜੀਆਂ ਤੁਹਾਨੂੰ ਲਿਖ ਕੇ ਰੱਖ ਲੈਣੀਆਂ ਚਾਹੀਦੀਆਂ ਨੇ ਉਹਦੀ ਵਜ੍ਹਾ ਹੈ ਕਿ ਮੈਂ ਕੋ ਬੜਾ 30 ਮਾਰਖਾਨ ਨਹੀਂ ਲੇਕਿਨ ਮੈਂ ਤਜਰਬੇ ਨਾਲ ਇਹ ਚੀਜ਼ਾਂ ਸਿੱਖੀਆਂ ਨੇ ਔਰ ਤੁਹਾਨੂੰ ਸਿਖਾ ਰਿਹਾ ਕਿ ਤੁਸੀਂ ਗਲਤੀ ਕਿੱਥੇ ਕਰਦੇ ਹੋ ਇੱਕ ਚੀਜ਼ ਜ਼ੇਹ ਨੇ ਚ ਰੱਖੋ ਕਿਸੇ ਵੀ ਸੋਸਾਇਟੀ ਦੀ ਹਰ ਪ੍ਰੋਡਕਟ ਪ੍ਰੋਫਿਟ ਵਿੱਚ ਕਦੇ ਨਹੀਂ ਹੋਈ ਮਨੂੰ ਤੁਸੀਂ ਇਸ ਟਾਈਮ ਵੀ ਕੋਈ ਇੱਕ ਸੋਸਾਇਟੀ ਐਸੀ ਦੱਸ ਦਿਓ ਕਿ ਜਿਹਦੀ ਹਰ ਪ੍ਰੋਡਕਟ ਜਿਹੜੀ ਪ੍ਰੋਫਿਟ ਵਿੱਚ ਨਹੀਂ ਹੋ ਸਕਦੀ ਉਹਦੀ وجہ ਕਿ ਪ੍ਰੋਡਕਟ ਨੂੰ ਪ੍ਰੋਫਿਟ ਵਿੱਚ ਲਿਆਉਣ ਵਾਸਤੇ ਜਿਹੜੀ ਉਹਦੇ ਪਿੱਛੇ ਬੈਕਐਂਡ ਸਟਰੈਟਜੀ ਹੁੰਦੀ ਹੈ ਉਹ ਹੁੰਦੀ ਇਸ ਕਿਸਮ ਦੀ ਹੈ ਕਿ ਉਹ 100% ਆਰਗੇਨਿਕ ਔਰ ਨੇਚਰਲ ਨਹੀਂ ਹੁੰਦੀ ਉਹਦੇ ਵਿੱਚ ਕਿਰੇ ਨਾ ਕਿਰੇ ਕੁਝ ਆਰਟੀਫੀਸ਼ਲ ਪੁਸ਼ ਜ਼ਰੂਰ ਹੁੰਦਾ ਔਰ ਆਰਟੀਫੀਸ਼ਲ ਪੁਸ਼ ਹਰ ਚੀਜ਼ ਨੂੰ ਦੇ ਕੇ ਉਹਨੂੰ ਉੱਤੇ ਨਹੀਂ ਲਿਆ ਜਾ ਸਕਦਾ ਲਿਆਦਾ ਹਰ ਸੋਸਾਇਟੀਜ਼ ਕੁਝ ਐਸੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਅਕਸਰ ਜਿਹੜਾ ਐਂਡ ਟਾਈਮ ਤੱਕ ਉਹਨਾਂ ਦਾ ਕੋਈ ਖਾਸ ਪ੍ਰੋਫਿਟ ਨਹੀਂ ਹੁੰਦਾ ਲਿਆਦਾ ਤੁਸੀਂ ਇਹਨ ਮੇਰੇ ਨਾਲ ਰਾਬਤਾ ਕਰੋ ਅਸੀਂ ਲਾਹੌਰ ਸਮਾਰਟ ਸਿਟੀ ਦੀ ਸੇਲ ਕਰਨਾ ਚਾਹੁੰਦੇ ਹੋ ਪਰਚੇਜ਼ ਕਰਨਾ ਚਾਹੁੰਦੇ ਹੋ ਕੁਝ ਵੀ ਲੈਣਾ ਦੇਣਾ ਚਾਹੁੰਦੇ ਹੋ ਤੁਸੀਂ ਸਾਡੇ ਨਾਲ ਰਾਬਤਾ ਕਰੋ ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਕਮਜ਼ ਕਮ ਕਰ ਅਸੀਂ ਤੁਹਾਨੂੰ ਫੋਰੀ ਪੈਸੇ ਨਾ ਦੇ ਸਕੇ ਤਾਂ ਅਬ ਤੁਹਾਨੂੰ ਅੱਛਾ ਮਸ਼ਵਰਾ ਜ਼ਰੂਰ ਦੇਵਾਂਗੇ ਅੱਜ ਤੱਕ ਦੀ ਵੀਡੀਓ ਵਾਸਤੇ ਇਤਨਾ ਹੀ ਇਨਸ਼ਾਅੱਲਾ ਆਉਣ ਵਾਲੀ ਵੀਡੀਓ ਜੀ ਦੁਬਾਰਾ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋਵਾਂਗੇ ਸਾਡਾ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਾ ਕੇ ਤੁਹਾਡੇ ਕੋਲ ਇਨਫੋਰਮੇਸ਼ਨ ਸਾਰੀ ਪਹੁੰਚਦੀ ਰਹੇ ਅੱਜ ਦੀ ਵੀਡੀਓ ਵਾਸਤੇ ਇਤਨਾ ਹੀ ਰੱਬ ਰਾਖਾ